ਸਰਕਟ ਸ਼ਾਰਟ ਹੋ ਗਏ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਸ ਰੂਪ ਜਿਹੜੇ ਆ ਉਹਨਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ। ਪਰ ਇਹ ਗ੍ਰੰਥੀ ਸਿੰਘ ਨੇ ਅਤੇ ਨਗਰ ਵਾਸੀਆਂ ਨੇ ਇਹ ਸਾਰੇ ਸਬੂਤ ਜਿਹੜੇ ਉਹ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਸਾਨੂੰ ਜਿਹੜੀ ਪਹਿਲਾਂ ਇਹਨਾਂ ਨਾਲ ਰਿਪੋਰਟ ਦਿੱਤੀ ਉਹ ਕਹਿੰਦੇ ਵੀ ਜਦੋਂ ਆ ਇਕੱਲਾ ਹੀ ਇੱਕ ਨੁਕਸਾਨਿਆ ਗਿਆ, ਪਰ ਉਸ ਤੋਂ ਬਾਅਦ ਫਿਰ ਪਤਾ ਲੱਗਾ ਵੀ ਦੋ ਸਰੂਪ ਜਿਹੜੇ ਨੁਕਸਾਨੇ ਗਏ ਆ। ਅਤੇ ਜਦੋਂ ਆ ਕੇ ਚੈੱਕ ਕੀਤੇ ਅਤੇ ਦਸ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦਾ ਨੁਕਸਾਨ ਹੋਇਆ। ਕਿਹੜਾ ਪਿੰਡ ਹੈ? ਪਿੰਡ ਇਹ ਮਾਣੋ ਚਾਹਲ ਗੁਰਦੁਆਰਾ ਬਾਬਾ ਜੋਗੀ ਪੀਰ। ਕਿਹਦੀ ਗਲਤੀ ਪਾਈ ਗਈ ਤੁਹਾਡੇ ਸਾਹਿਬ? ਇਹ ਗਲਤੀ ਤਾਂ ਮਤਲਬ ਪ੍ਰਬੰਧਕ ਅਤੇ ਗ੍ਰੰਥੀ ਸਿੰਘ ਆ, ਅਣਗਹਿਲੀ ਕਰਦੇ। ਕਾਰਨ ਕੀ ਹੈ ਵੀ ਜਦੋਂ ਇਹਨਾਂ ਨੂੰ ਕਿਹਾ ਹੈ ਵੀ ਤੁਸੀਂ ਪੱਖੇ ਨਹੀਂ ਚਲਾਉਣੇ, ਏ ਸੀ ਨਹੀਂ ਚਲਾਉਣਾ, ਅਤੇ ਇਹ ਨਹੀਂ ਚਲਾਉਣ ਵੜਦੇ, ਅਤੇ ਇਹ ਸਰਕਟ ਸ਼ਾਰਟ ਤਾਂ ਹੀ ਹੁੰਦਾ ਜਦੋਂ ਆਪਾਂ ਪੱਖਾ ਚਲਾਉਣੇ ਜਾਂ ਏ ਸੀ ਚਲਾਉਣੇ, ਉਹਦਾ ਧਿਆਨ ਨਹੀਂ ਰੱਖਦੇ। ਇਹ ਤਾਂ ਦੱਸਿਆ ਨਹੀਂ ਕਿਸੇ ਨੇ ਇਹਨਾਂ ਨੇ? ਇਹਨਾਂ ਨੇ ਦੇਖੋ ਜੀ ਛਪਾਇਆ ਇਸ ਗੱਲ ਨੂੰ, ਆ ਦੇਖੋ ਗਲੀ ਵੀ ਕਰਤੀ ਇਹਨਾਂ ਨੇ, ਏ ਸੀ ਵੀ ਲਾ ਕੇ ਉੱਧਰ ਰੱਖਤਾ ਹੈ। ਸਾਰੇ ਜਿਹੜੇ ਆਪਣਾ ਰਮਾਲੇ ਥੱਲੇ ਸੜੇ ਸੀਗੇ, ਆਪਣਾ ਗੱਦਾ ਸੜੇ ਸੀ, ਉਹ ਵੀ ਸਾਰੇ ਨਾਲ ਕਰਾ ਕੇ ਸਾਰਾ ਕੁਝ ਕਰਕੇ ਫਿਰ ਉਹ ਵੀ ਅੱਧਾ ਦੱਸਿਆ ਇਹਨਾਂ ਨੇ। ਹੁਣ ਤੁਹਾਡੇ ਕੀ ਮੰਗ ਹੈ? ਮੰਗ ਤਾਂ ਹੈ ਜੀ, ਦੇਖੋ ਇਹਨਾਂ ਨੂੰ ਜਦੋਂ ਅਸੀਂ ਰੋਜ਼ ਸਮਝਾਉਂਦੇ ਹਾਂ ਵੀ ਤੁਸੀਂ ਗਲਤੀ ਨਾ ਕਰੋ, ਜਿੰਨਾ ਚਿਰ ਗ੍ਰੰਥੀ ਸੰਘਾਜ ਰਿਹਾ ਉਨਾ ਚਿਰ ਪੱਖਾ ਜਾਂ ਏ ਸੀ ਚਲਾਓ, ਅਤੇ ਜਦੋਂ ਗ੍ਰੰਥੀ ਸੰਘਾਜ ਨਹੀਂ ਹੁੰਦਾ ਇਹ ਬੰਦ ਕਰ ਦਿਓ, ਪਰ ਇਹ ਬੰਦ ਨਹੀਂ ਕਰਦੇ। 3:30 ਵਜੇ ਦੀ ਘਟਨਾ, ਅਤੇ ਪੰਜ ਮਹਾਰਾਜ ਦੇ ਪਾਵਨ ਸਰੂਪ ਆ ਜਿਹੜੇ ਉਹ ਤਾਂ ਕਾਫੀ ਨੁਕਸਾਨੇ ਗਏ, ਅਤੇ ਪੰਜ ਜਿਹੜੇ ਆ ਉਹਨਾਂ ਦੇ ਬਾਹਰੀ ਅੰਗ ਨੇ, 10 ਜਾਣੀ ਕਿ ਪਾਵਨ ਸਰੂਪ ਨੇ ਸਤਿਗੁਰਾਂ ਦੇ, ਅਤੇ ਉਹ ਨੁਕਸਾਨੇ ਗਏ ਆ। ਹੁਣ ਇਹਦੇ ਆਉਣ ਡਏ ਨੇ ਸਾਰੇ ਸਿੰਘ, ਹੁਣ ਵੇਖ ਕੇ ਸਾਰਾ ਕਲੀਅਰ ਕਰਦੇ ਹਾਂ ਵੀ ਇੱਥੇ ਕੀ ਆ, ਕਿਉਂਕਿ ਇੱਥੇ ਸਾਨੂੰ ਇਹ ਸ਼ੱਕ ਆ ਕਿ ਜਦੋਂ ਪਿਛਲੇ ਦਿਨ ਇੱਥੇ ਕੋਈ ਝਗੜਾ ਵੀ ਚੱਲਦਾ ਵਾ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਇਹਦਾ ਕੀ ਕਾਰਨ ਆ? ਮੰਨ ਲਓ ਕਿ ਜੇ ਕੱਲ੍ਹ ਦੀ ਘਟਨਾ ਹੋਈ ਆ, ਇਹਨਾਂ ਨੇ ਛਪਾਉਣ ਦਾ ਯਤਨ ਕੀਤਾ ਪਿੰਡ ਵਾਲਿਆਂ ਨੇ, ਫਿਰ ਇਹਨਾਂ ਨੇ ਚੌਂਕੀ ਇੰਚਾਰਜ ਇੱਥੇ ਆਇਆ, ਚੌਂਕੀ ਇੰਚਾਰਜ ਨੂੰ ਲਿਖ ਕੇ ਦਿੱਤਾ ਕਿ ਇੱਕੋ ਪਾਵਨ ਸਰੂਪ ਦਾ ਬਾਹਰੀ ਨੁਕਸਾਨ ਹੋਇਆ, ਅਤੇ ਇਹ ਗੱਲ ਜਿਹੜੀ ਆ ਉਹ ਸ਼ੱਕ ਦੇ ਵੱਲ ਨੂੰ ਜਾਂਦੀ ਹੈ ਕਿ ਇੱਥੇ ਜੇ ਨੁਕਸਾਨ ਹੋਇਆ ਤਾਂ ਕਿਉਂ ਇਹਨਾਂ ਨੇ ਛਪਾਇਆ ਕਿਉਂ? ਇਸ ਚੱਕਰ 'ਚ ਆਏ ਸਾਰੇ ਸਿੰਘ ਜੀ ਅਸੀਂ ਹੁਣ। ਕਿਹਦੀ ਗਲਤੀ ਮੰਨਦੇ ਤੁਸੀਂ ਸਾਹਿਬ? ਗਲਤੀ ਤਾਂ ਜਿਹੜੀ ਪ੍ਰਬੰਧਕ ਕਮੇਟੀ ਆ ਜਾਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਆ, ਅਤੇ ਇਹਨਾਂ ਦੀ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਆ, ਇਹਨਾਂ ਹੀ ਕਾਰਨ ਹੈ ਜੀ। ਜਿਹੜੇ ਗੁਰਦੁਆਰਾ ਸਾਹਿਬ ਜੀ ਆ ਪੜ੍ਹਨ ਯੋਗ ਹੈਗੇ ਹੁਣ ਇਸ ਵੇਲੇ? ਨਹੀਂ ਜੀ, ਜਿਹੜੇ ਪ੍ਰਕਾਸ਼ ਕਰਨ ਯੋਗ ਨਹੀਂ ਰਹੇ। ਕਿੰਨੇ ਨਹੀਂ ਹੈਗੇ ਪ੍ਰਕਾਸ਼ ਕਰਨ ਯੋਗ? 5-10 ਹੀ ਮਹਾਰਾਜ ਪਾਵਨ ਸਰੂਪ ਜਿਹੜੇ ਉਹ ਪ੍ਰਕਾਸ਼ ਕਰਨ ਯੋਗ ਨਹੀਂ ਜੀ। ਨਹੀਂ ਹਾਂਜੀ ਨਹੀਂ, ਤੁਸੀਂ ਕੋਈ ਚਾਹੁੰਦੇ ਹੋ ਇਹਨਾਂ 'ਤੇ ਕੋਈ ਕਾਰਵਾਈ ਹੋਵੇ? ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਜਿਹੜਾ ਵਾ ਉਹ ਜਿਹੜੀ ਇਹਨਾਂ ਦੇ ਪਾਏ ਜਾਂਦੇ ਆ ਦੋਸ਼ੀ, ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਮਾਣੋਚਾਰ ਗੁਰਦੁਆਰਾ ਜੋਗੀ ਪੀਰ ਸਾਹਿਬ ਦੇ ਵਿੱਚ ਕੱਲ੍ਹ ਨੂੰ ਜੋ ਕਿ ਸੱਚਖੰਡ ਸੋ ਖਾਲਸਾ ਦੇ ਵਿੱਚ ਬਿਜਲੀ ਸਰਕਟ ਦੇ ਨਾਲ ਚੁੰਦੋਏ ਨੂੰ ਅੱਗ ਪੈਣ ਕਾਰਨ, ਜੋ ਕਿ ਮਹਾਰਾਜ ਸਰੂਪ ਸਰੂਪਾਂ ਦੇ ਉੱਤੇ ਜੋ ਕਿ ਅੱਗ ਪੈਣ ਦੇ ਨਾਲ ਮਹਾਰਾਜ ਦੀਆਂ ਜਿਲਦਾਂ ਦਾ ਬਹੁਤ ਇੰਨਾ ਜਿਲਦਾਂ ਦਾ ਜਾ ਕੇ ਨੁਕਸਾਨ ਹੋਇਆ। ਫਿਰ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਦੱਸਣ ਦੇ ਫੋਨ ਕਰਨ 'ਤੇ ਸਾਰੀ ਸੰਗਤ ਆਈ, ਜੋ ਕਿ ਫਿਰ ਸਾਰੀ ਸੰਗਤ ਦੇ ਨਾਲ ਸੰਯੋਗ ਦੇ ਨਾਲ ਅੱਗ ਨੂੰ ਕਾਬੂ ਪਾਇਆ ਗਿਆ, ਅਤੇ ਮੁੜ ਕੇ ਸਾਰੀ ਸੰਗਤ ਨੇ ਜੋ ਕਿ ਪੁਲਿਸ ਚੌਂਕੀ ਮਾਣੋਚਾਲ ਨੂੰ ਤਲਾਹ ਦਿੱਤੀ, ਸ਼੍ਰੋਮਣੀ ਕਮੇਟੀ ਨੂੰ ਇਹਨਾਂ ਸਿੰਘਾਂ ਨੇ ਤਲਾਹ ਦਿੱਤੀ, ਜੋ ਕਿ ਹੁਣ ਮੌਕੇ 'ਤੇ ਸਾਰੇ ਅਫਸਰ ਪਹੁੰਚ ਰਹੇ ਨੇ। ਜੋ ਵੀ ਹੋਇਆ ਹੈ ਮਦਭਾਗੀ ਘਟਨਾ ਹੋਈ ਹੈ, ਜੋ ਕਿ ਸਾਰੀ ਸੰਗਤਾਂ ਇਸਦਾ ਜਿਸ ਤਰ੍ਹਾਂ ਕਿ ਬੜੀ ਜਿਸ ਤਰ੍ਹਾਂ ਘਟਨਾ ਨਾ ਪੂਰੀ ਹੋਣ ਵਾਲੀ ਗੱਲ ਹੈ, ਇਹ ਸੰਗਤਾਂ ਸਾਰੀ ਕਿਰਪਾ ਕਰਨ ਜਿਸ ਤਰ੍ਹਾਂ ਕਿ ਆਣ ਕੇ ਕੋਈ ਵੀ ਜਾ ਕੇ ਸੁੱਚ ਜਾਂ ਬਲਬ ਦਾ ਲਾਉਣਾ ਪੱਖੇ ਦਾ ਲਾਉਣਾ ਹੈ, ਇਹ ਸੰਗਤ ਨੂੰ ਬੇਨਤੀ ਹੈ ਕਿ ਨਾ ਚਲਾਇਆ ਜਾਏ ਕਰੇ, ਨਾ ਇਹੋ ਜਿਹੀ ਘਟਨਾ ਹੋਵੇ। ਬਾਬਾ ਜੀ ਕੀ ਨਾਮ ਆਪਣਾ? ਹਰਦੀਪ ਸਿੰਘ ਜੀ। ਉਹ ਜਥੇਬੰਦੀ ਕਹਿ ਰਹੀ ਤੁਹਾਨੂੰ, ਤੁਸੀਂ ਦੱਸਿਆ ਨਹੀਂ, ਅਸੀਂ ਤਾਂ ਮੌਕੇ 'ਤੇ ਆਏ ਵੇਖਿਆ। ਨਹੀਂ ਜੀ, ਦੱਸਿਆ ਅਸੀਂ ਸਭ ਕੁਝ, ਪਹਿਲਾਂ ਦੱਸਿਆ ਵੀ ਜਿਹੜੀਆਂ ਜਿਲਦਾਂ ਉਹਨਾਂ ਨੂੰ ਚੈੱਕ ਕੋਈ ਕਰਾਈਆਂ ਸਾਡੇ ਪਿੰਡ ਦੇ ਮੁੰਡਿਆਂ ਦਾ, ਪਹਿਲਾਂ ਚੈੱਕ ਕਰਾ ਕੇ ਫਿਰ ਸਾਨੂੰ ਉਹਨਾਂ ਨੇ ਗੱਲਬਾਤ ਕੀਤੀ ਹੈ।
ਇਹ ਗੱਲ ਲਿਖਾ ਗੁਰੂ ਗ੍ਰੰਥ ਸਾਹਿਬ ਦੀ ਲਿਖਾਉਣ ਕੌਣ ਕਰ ਸਕਦਾ ਜੀ? ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਲਗਭਗ ਇੱਥੇ ਆਪਣੇ ਜੀ 11 ਸਰੂਪ ਹੈ ਮਹਾਰਾਜ ਦੇ, 12 ਸਰੂਪ ਪ੍ਰਕਾਸ਼ ਹੋਇਆ। ਅਤੇ ਕਿੰਨਾ ਨੂੰ ਹੋਈ ਅਗਨ ਬੇਟਾ? ਹਾਂਜੀ, ਕਿੰਨਾ ਨੁਕਸਾਨ ਪੁੱਛਿਆ? ਇਹ ਨੁਕਸਾਨ 5 ਜਿਲਦਾਂ 'ਤੇ ਜਿਹੜਾ ਹੋਇਆ ਜੀ, ਅਤੇ ਸੇਕ 'ਤੇ ਮਤਲਬ ਧੂੰਏ ਦਾ ਜਿਸ ਤਰ੍ਹਾਂ ਉਹ ਸਾਰੇ ਸਰੂਪਾਂ 'ਤੇ ਲੱਗਾ ਹੈ। ਅੰਗ ਸਹੀ ਨੇ? ਅੰਗ ਬਿਲਕੁਲ ਸਾਰੇ ਸਹੀ ਹੈ, ਸਿਰਫ ਜਿਲਦਾਂ ਦਾ ਉੱਤੋਂ ਜਿਹੜੇ ਆ ਸੁੱਖਾਂ ਦੇ ਕੱਪੜੇ ਹੀ ਪਹੁੰਚਿਆ। ਕੀ ਤੁਸੀਂ ਮੌਕੇ 'ਤੇ ਜੋ ਕੀ ਦੇਖਿਆ ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਸਵੇਰੇ ਸਾਡੇ ਕੋਲ ਇਤਲਾਹ ਆਈ ਸੀਗੀ ਵੀ ਗੁਰਦੁਆਰੇ ਸ਼ਾਰਟ ਸਰਕਟ ਹੋਇਆ, ਜਿਹਦੇ ਕਰਕੇ ਇੱਕ ਸਰੂਪ ਨੂੰ ਨੁਕਸਾਨ ਥੋੜ੍ਹਾ ਪਹੁੰਚਿਆ ਜਿਲਦ ਨੂੰ, ਅਤੇ ਅਗਨੀਟ ਲੱਗੀ ਸ਼ਾਰਟ ਸਰਕਟ ਲੱਗੀ ਹੈ। ਉਹਦੇ ਬਾਰੇ ਚੌਂਕੀ ਚਾਰਜ ਮਾਨਚਲ ਪਹੁੰਚੇ ਸੀਗੇ, ਉਹਨਾਂ ਦੇਖਿਆ, ਉਹਨਾਂ ਪ੍ਰਬੰਧਕਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਦਿਖਾਇਆ ਸੀਗਾ ਕਿ ਜਿਹਦੀ ਜਿਲਦ ਨੂੰ ਨੁਕਸਾਨ ਪਹੁੰਚਿਆ ਸੀਗਾ, ਉਹਨਾਂ ਦੇ ਦੱਸਿਆ ਵੀ ਸ਼ਾਰਟ ਸਰਕਟ ਨਾਕ ਲੱਗੀ ਹੈ ਅਤੇ ਕੋਈ ਇਸ਼ੂ ਨਹੀਂ ਸੀਗਾ। ਹੁਣ ਬਾਅਦ 'ਚ ਕਲੀਅਰ ਹੋਇਆ ਵੀ ਇਹ ਜਿਹੜੇ ਸ਼ਾਰਟ ਸਰਕਟ ਹੋਇਆ ਕੱਲ੍ਹ ਹੋਇਆ ਹੈ, ਔਰ 10 ਰੂਪਾਂ ਨੂੰ ਤਕਰੀਬਨ ਨੁਕਸਾਨ ਪਹੁੰਚਿਆ। ਉਹ ਸੋਮੀ ਕਮੇਟੀ ਵਾਲੇ ਵੀ ਆਏ ਆ, ਹੋਰ ਵੀ ਜਥੇਬੰਦੀਆਂ ਆਈਆਂ ਨੇ, ਅਤੇ ਸਾਡੇ ਕੋਲ ਧਿਆਨ 'ਚ ਆ ਗਿਆ, ਉਹਦੀ ਪੜਤਾਲ ਕਰ ਰਹੇ ਹਾਂ। ਜੋ ਪੜਤਾਲ ਕਰਨ ਤੋਂ ਬਾਅਦ ਜੇ ਕੋਈ ਬਣਦੀ ਹੋਊ ਕਾਰਵਾਈ ਕਰਾਂਗੇ, ਜੇ ਕਿਸੇ ਲੱਭ